ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਸਤਿ ਸ਼੍ਰੀ ਅਕਾਲ ਜੀ, ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਸਾਰੇ ਜਾਣੇ? ਠੀਕ ਹੋ? ਸੋ ਇੰਜੋਇੰਗ ਸਮਰਸ? ਹਾਈ ਕਿਰਨ, ਠੀਕ ਹੋ? ਹਾਈ ਅਮਨ, ਹਾਏ ਸਾਮੀਆਂ। ਰਮਜ਼ਾਨ ਕਿਵੇਂ ਰਹੀ ਤੁਹਾਡੀ? ਸਾਮਿਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਿੰਕੂ ਜੀ, ਸਤਿ ਸ਼੍ਰੀ ਅਕਾਲ ਐਵਰੀਵਨ, ਥੈਂਕ ਯੂ ਪਰਮ। ਹਾਏ ਰਿੰਕੂ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜਸ, ਹੈਲੋ ਮਨਪ੍ਰੀਤ, ਲਵ ਸਿੱਧੂ, ਆਮ ਗੁਡ ਜੀ। ਤੁਸੀਂ ਸਾਰੇ ਕਿਵੇਂ ਹੋ? ਗੁਡ। ਬਹੁਤ ਸੋਹਣੀਆਂ ਫੋਟੋਆਂ ਸੀਗੀਆਂ ਰਿੰਕੂ ਜੀ ਤੁਹਾਡੀਆਂ ਅਤੇ ਬਾਜਬਾਜੀ ਦੀਆਂ, ਬੜੀ ਜ਼ਿਆਦਾ ਫਿੱਟ, ਯੰਗ ਯੰਗ ਐਂਡ ਸੋਹਣੇ ਸੋਹਣੇ ਕਿਊਟ ਕਿਊਟ ਲੱਗਦੇ ਪਏ ਸੀਗੇ, ਮੈਨੂੰ ਦਿਖਾਈ ਸੀ ਟੀਮ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਰੇ ਜਾਣੇ ਅੱਜ ਅਸੀਂ ਬਹੁਤ ਹੀ ਅਹਿਮ ਟੋਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਕਿ ਪ੍ਰੀ ਮੈਚਿਓਰ ਏਜਿੰਗ, ਜਦੋਂ ਸਾਨੂੰ ਏਜ ਤੋਂ ਪਹਿਲਾਂ ਸਾਡੀ ਸਕਿਨ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਡੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਫਾਈਨ ਲਾਈਨਸ ਆ ਜਾਂਦੀਆਂ, ਅਨਈਵਨ ਸਕਿਨ ਹੋ ਜਾਂਦੀ ਹੈ। ਵੈਲਕਮ ਰੰਧਾਵਾ ਜੀ, ਜੀ ਆਪਕੋ ਵੀ ਈਦ ਮੁਬਾਰਕ ਹੋ। ਐਂਡ ਕੀ ਹੁੰਦਾ ਆਖਿਰ, ਇਹ ਕਿਉਂ ਹੁੰਦਾ ਤੁਹਾਨੂੰ ਪਤਾ? ਇਨਸੋਮਨੀਆ, ਇਨਸੋਮਨੀਆ ਕੀ ਹੁੰਦਾ? ਜਦੋਂ ਸਾਨੂੰ ਨੀਂਦ ਨਹੀਂ ਆਉਂਦੀ, ਸਾਨੂੰ ਟੁੱਟ ਟੁੱਟ ਕੇ ਨੀਂਦ ਆਉਂਦੀ ਜਾਂ ਫਿਰ ਸਾਨੂੰ ਨੀਂਦ ਦੀ ਪ੍ਰੋਬਲਮ ਹੁੰਦੀ ਹੈ, ਜਿਹਦੇ ਕਰਕੇ ਅਸੀਂ ਬਹੁਤ ਸਾਰੀਆਂ ਮੈਡੀਸਿਨਸ ਲੈਂਦੇ ਹਾਂ, ਬਹੁਤ ਸਾਰੀਆਂ ਦਵਾਈਆਂ ਲੈਂਦੇ ਹਾਂ, ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਹਾਂ, ਜਿਹਦੇ ਕਰਕੇ ਸਾਡੀ ਸਕਿਨ ਖਰਾਬ ਹੋ ਜਾਂਦੀ ਹੈ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਉਂ ਸਾਡੀ ਸਕਿਨ ਖਰਾਬ ਹੁੰਦੀ ਹੈ, ਕਿਉਂ ਅਸੀਂ ਏਜ ਤੋਂ ਪਹਿਲਾਂ ਬੁੱਢੇ ਹੋਣੇ ਸ਼ੁਰੂ ਹੋ ਜਾਂਦੇ ਹਾਂ, ਜਾਂ ਰਿੰਕਲਸ, ਪਿੰਪਲਸ, ਪਿਗਮੈਂਟੇਸ਼ਨ, ਸਾਰਾ ਕੁਝ ਦੱਸਾਂਗੀ ਕੀ ਖਾਣਾ, ਔਰ ਨਾਲ ਹੀ ਤੁਹਾਨੂੰ ਇੱਕ ਟਿਪ ਦੇਵਾਂਗੀ, ਇੱਕ ਐਸਾ ਫੇਸ ਪੈਕ ਜਿਹਨੂੰ ਤੁਸੀਂ ਸਮਰਸ ਦੇ ਵਿੱਚ ਲਗਾਓਗੇ, ਤੁਹਾਡਾ ਜਿਹੜੀ ਟੈਨਿੰਗ ਹੈ ਘੱਟ ਹੋਏਗੀ। ਸੋ ਪਹਿਲਾਂ 5 ਮਿੰਟ ਜਾਂ 3 ਮਿੰਟ ਆਪਾਂ, ਸਤਿ ਸ਼੍ਰੀ ਅਕਾਲ ਮਿਸਿਸ ਸਿੰਘ ਜੀ, ਕਿਵੇਂ ਹੋ ਤੁਸੀਂ? ਕੋਈ ਵੀ ਤੁਹਾਡੇ ਸਵਾਲ ਹੈ ਉਹਦੇ ਮੈਂ ਜਵਾਬ ਦੇਵਾਂਗੀ, ਪਹਿਲਾਂ 5 ਮਿੰਟ ਔਰ ਜਾਣ ਤੋਂ ਪਹਿਲਾਂ ਅਗੇਨ 5 ਮਿੰਟਸ। ਹਾਂਜੀ, ਤੁਹਾਡਾ ਸਕਿਨ ਨੂੰ ਲੈ ਕੇ ਜਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਜਾਂ ਰਿਲੇਸ਼ਨਸ਼ਿਪ ਨੂੰ ਲੈ ਕੇ ਜਾਂ ਸਟ੍ਰੈਸ ਨੂੰ ਲੈ ਕੇ, ਡਿਪਰੈਸ਼ਨ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਮੈਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ। ਗਰਮੀ ਪੈਣੀ ਸ਼ੁਰੂ ਹੋ ਗਈ ਹੈ, ਬਿਲਕੁਲ ਜੀ, ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਵਾਟਰ ਇਨਟੇਕ ਜ਼ਿਆਦਾ ਰੱਖਣਾ ਸਾਰਿਆਂ ਨੇ, ਮਗਰ ਮੈਨੂੰ ਪੁੱਛੋ ਤਾਂ ਮੈਂ ਸਵੇਰ ਦਾ ਫਸਟ ਡਰਿੰਕ ਕੀ ਲੈਂਦੀ ਹਾਂ। ਵੈਲਕਮ ਰੇਨੂਕਾ, ਮੈਂ ਸਵੇਰ ਦਾ ਫਸਟ ਡਰਿੰਕ, ਕੋਈ ਗੈਸ ਕਰੇਗਾ ਕੀ ਲੈਂਦੀ ਹਾਂ? ਹੈਲੋ ਜੀ, ਹਾਂਜੀ, ਤੁਸੀਂ ਕੋਈ ਵੀ ਆਪਣਾ ਸਵਾਲ ਮੈਨੂੰ ਪੁੱਛਣ ਹੋਗੇ। ਬੇਬੀ ਕਨਸੀਵ ਨਹੀਂ ਹੋ ਰਿਹਾ, ਪਰਵਿੰਦਰ ਤੁਹਾਡਾ ਕੁਛ ਚੀਜ਼ਾਂ ਦੇਖਣੀਆਂ ਪੈਣਗੀਆਂ, ਕੋਈ ਗੱਲ ਨਹੀਂ, ਹੋ ਜਾਏਗਾ, ਬਿਲਕੁਲ ਹੋ ਜਾਏਗਾ। ਮੈਂ ਤਾਂ ਚਾਹੁੰਦੀ ਹਾਂ ਮੇਰੀ ਹਰ ਭੈਣ ਦੇ ਕੋਲ ਪਿਆਰਾ ਜਿਹਾ ਬੇਬੀ ਹੋਵੇ। ਆਪਣਾ ਮੈਨੂੰ AMH ਟੈਸਟ ਅਗਰ ਭੇਜ ਸਕਦੇ ਹੋ ਜਾਂ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ, ਤੁਹਾਡੇ ਕੁਛ ਟੈਸਟ ਦੇਖਣੇ ਪੈਣਗੇ, AMH ਲੈਵਲ ਕਿੰਨਾ, FSH ਕਿੰਨਾ ਤੁਹਾਡਾ, ਅਤੇ ਅਗਰ ਕੋਈ ਦਿੱਕਤ ਵੀ ਹੋਏਗੀ ਤਾਂ ਅਸੀਂ ਉਹਨੂੰ ਡਾਇਟ ਦੇ ਨਾਲ ਕਿਊਰੇਬਲ ਕਰਾਂਗੇ, ਅਸੀਂ ਕਿਓਰ ਕਰਾਂਗੇ, ਔਰ ਬਹੁਤ ਜਲਦੀ ਮੇਰੀ ਭੈਣ ਨੂੰ ਪਿਆਰਾ ਜਿਹਾ ਬੇਬੀ ਕਨਸੀਵ ਹੋ ਜਾਏਗਾ। ਲਵਲੀਨ, ਤੁਸੀਂ ਮੈਸੇਜ ਨਹੀਂ ਕੀਤੇ, ਪਿਗਮੈਂਟੇਸ਼ਨ ਹੈ, ਇੱਕ ਮੇਰੀ ਭੈਣ ਨੇ ਲਿਖਿਆ ਸੀ, ਕਿੰਨੇ ਸਾਲਾਂ ਤੋਂ ਮੇਰੀ ਸਕਿਨ 'ਤੇ ਪਿਗਮੈਂਟੇਸ਼ਨ ਹੈ। ਮਾਇਰਾ ਠਾਕੁਰ, ਕਿੰਨੇ ਸਾਲੋਂ ਸੇ ਪਿਗਮੈਂਟੇਸ਼ਨ ਹੈ ਆਪਕੋ? ਹਾਂਜੀ, ਕੋਈ ਆਨਲਾਈਨ ਆਉਣਾ ਚਾਹੁੰਦਾ ਲਾਈਵ ਤਾਂ ਆਪਾਂ ਲਾਈਵ ਵੀ ਲੈ ਸਕਦੇ ਹਾਂ। ਸਕਿਨ ਪਰ ਇਮੀਟੇਸ਼ਨ ਹੈ, ਇਰੀਟੇਸ਼ਨ, ਸਕਿਨ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ, ਡਰਾਈ ਹੋ ਜਾਂਦੀ ਹੈ ਤੋ ਅਪਲਾਈ ਕਰਟ ਅਪਲਾਈ ਕਰ ਸਕਦੇ ਹੋ ਆਪਣੀ ਸਕਿਨ ਪੇ, ਐਂਡ ਕੱਚਾ ਦੁੱਧ ਜੋ ਰੋ ਮਿਲਕ ਹੋਤਾ ਹੈ ਉਸਕੋ ਅਪਲਾਈ ਕਰ ਸਕਦੇ ਹੋ ਆਪ। ਬਿਲਕੁਲ ਪਰਵਿੰਦਰ, ਹੋ ਜਾਏਗਾ ਬੇਬੀ, ਬਿਲਕੁਲ ਬੇਫਿਕਰ ਹੋ ਜਾਓ, ਇਹ ਨਹੀਂ ਸੋਚਣਾ ਕਿ ਯਾਰ ਏਜ ਹੋ ਗਈ ਹੈ ਜਾਂ ਮੋਟੇ ਜਾਂ ਕੁਛ ਹੈ, ਜੋ ਵੀ ਪ੍ਰੋਬਲਮ ਹੈ ਬਿਲਕੁਲ ਕਿਊਰੇਬਲ ਹੈ, ਸਭ ਠੀਕ ਹੋ ਜਾਏਗਾ। ਪੀਰੀਅਡ ਓਨਲੀ ਵਨ ਡੇ ਆਉਂਦੇ ਆ, ਪਲੀਜ਼
ਕਿੰਨਾ ਜ਼ਿਆਦਾ ਫਲੋ ਆਉਂਦਾ ਔਰ ਕਿੰਨੇ ਸਾਲਾਂ ਤੋਂ ਹੈ? 2 ਸਾਲ ਹੋ ਗਏ ਮਾਇਰਾ ਠਾਕੁਰ, ਕੋਈ ਬਾਤ ਨਹੀਂ। ਸਕਿਨ ਕੇ ਲੀਏ ਗ੍ਰੀਨ ਵੈਜਿਸ ਔਰ ਕੁਛ ਫਰੈਸ਼ ਜੂਸ ਐਡ ਕਰੋ, ਔਰੇਂਜ ਐਡ ਕਰੋ, ਸਲਾਦ ਖਾਂਦੇ ਆ, ਡਾਇਟ ਵਿੱਚ ਸੈਲਡ ਖਾਂਦੇ ਆ। ਕਿਹੜਾ ਸੈਲਡ ਖਾਂਦੇ ਹੋ? ਬੇਬੀ ਹੋਣੇ ਕੇ ਬਾਅਦ ਹਮ ਮੈਮ ਹੋਈ 2 ਸਾਲੋਂ ਮੇ, ਕੋਈ ਬਾਤ ਨਹੀਂ ਮਾਇਰਾ, ਆਪਣੀ ਡਾਇਟ ਮੇ ਆਪ ਫਰੂਟਸ ਐਂਡ ਵੈਜਿਸ ਕੋ ਐਡ ਕਰੋ। ਹਾਂਜੀ, ਕਿਸੇ ਹੋਰ ਦਾ ਕੋਈ ਸਵਾਲ ਜੋ ਮੈਨੂੰ ਪੁੱਛਣਾ ਚਾਹੁੰਦਾ ਹੈ? ਸਕਿਨ ਨੂੰ ਲੈ ਕੇ ਯਾਰ ਮੈਂ ਗੱਲ ਦੱਸਾਂ, ਦੇਖੋ ਹਮੇਸ਼ਾ ਨਾ ਪੋਜ਼ਿਟਿਵ ਰਿਹਾ ਕਰੋ। ਦੁਨੀਆ ਦੀ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਰਿਵਰਸੇਬਲ ਨਹੀਂ ਹੈ, ਕਿਊਰੇਬਲ ਨਹੀਂ ਹੈ। ਅਗਰ ਕੋਈ ਪ੍ਰੋਬਲਮ ਆ ਵੀ ਗਈ ਹੈ, ਸਾਨੂੰ ਪਤਾ ਕਦੋਂ ਪ੍ਰੋਬਲਮਸ ਆਉਂਦੀਆਂ? ਜਦੋਂ ਸਾਡਾ ਆਪਣੀਆਂ ਗਲਤੀਆਂ ਹੁੰਦੀਆਂ, ਸਾਡਾ ਆਪਣਾ ਲਾਈਫ ਸਟਾਈਲ ਵਧੀਆ ਨਹੀਂ ਹੁੰਦਾ, ਅਸੀਂ ਆਪ ਠੀਕ ਨਹੀਂ ਹੁੰਦੇ, ਸਮਟਾਈਮ ਸਾਰਾ ਕੁਛ ਠੀਕ ਹੋਣ ਦੇ ਬਾਵਜੂਦ ਵੀ ਅਸੀਂ ਨੈਗੇਟਿਵ ਹੁੰਦੇ ਹਾਂ, ਉਦੋਂ ਸਾਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋਰੀ, ਮੈਨੂੰ ਮੈਸੇਜਿਸ ਨਹੀਂ ਮਿਲ ਰਹੇ ਸੀ। ਡੇਲੀ ਦਹੀਂ ਰਾਤ ਨੂੰ ਦਹੀਂ ਨਹੀਂ ਖਾਣਾ। ਫੇਸ ਵਾਸ਼ ਕੌਣ ਸਾ ਲਗਾਓ? ਫੇਸ ਵਾਸ਼ ਕੋਈ ਵੀ, ਡੀਅਰ ਆਈ ਨੀਡ ਟੂ ਸੀ ਯੂਰ ਸਕਿਨ ਕੰਬੀਨੇਸ਼ਨ, ਸਕਿਨ ਐਕਨੇ, ਡਾਰਕ ਸਕਿਨ, ਪਿਗਮੈਂਟੇਸ਼ਨ ਸੋਲੂਸ਼ਨ, ਬਿਲਕੁਲ ਇਸੀ ਕਾ ਸੋਲੂਸ਼ਨ ਲੈ ਕੇ ਆਈ ਹੂੰ ਆਜ ਮੈਂ ਲਾਈਵ ਮੈਂ। ਅੱਛੇ ਸੇ ਲਾਈਫ ਕੋ ਦੇਖੋ, ਰਿੰਕਲਸ ਬਹੁਤ ਹੈ, ਏਜ 30 ਹੈ। ਮਨਪ੍ਰੀਤ, ਤੁਹਾਡੀ ਸਲੀਪ ਕਿੱਦਾਂ ਦੀ ਹੈ? ਔਰੇਂਜ ਆਫ ਗੁੱਡ ਨਾਈਟ, ਡਰਾਈ ਸਕਿਨ ਆ ਬਹੁਤ ਜ਼ਿਆਦਾ, ਕੋਈ ਗੱਲ ਨਹੀਂ, ਆਪਾਂ ਠੀਕ ਕਰ ਦਾਂਗੇ। ਫੇਸ 'ਤੇ ਔਰੇਂਜ ਪੀਲ ਕਰਡ ਵਿੱਚ ਮਿਲਾ ਕੇ ਲਗਾ ਲੈਂਦੇ ਹਾਂ। ਵਾਸ ਬਿਜ਼ੀ, ਓਕੇ ਲਵਲੀ, ਡੋਂਟ ਵਰੀ। ਕੋਲੈਸਟ੍ਰੋਲ ਵੱਧ ਰਿਹਾ, ਤਲੀਆਂ ਚੀਜ਼ਾਂ ਘੱਟ ਕਰ ਦਿਓ। ਡਰਿੰਕ ਕਰਦੇ ਆ ਹਸਬੈਂਡ, ਕੋਈ ਗੱਲ ਨਹੀਂ, ਪਾਠ ਕਰੋ ਸੁਖਬੀਰ, ਥੋੜ੍ਹਾ ਬਹੁਤਾ ਡਰਿੰਕ ਸਾਰੇ ਹੀ ਕਰਦੇ ਆ, ਬਟ ਅਗਰ ਤੁਹਾਨੂੰ ਟ੍ਰਬਲ ਕਰਦੇ ਆ, ਜ਼ਿਆਦਾ ਕਰਦੇ ਆ, ਤਾਂ ਕੋਈ ਗੱਲ ਨਹੀਂ, ਆਪਾਂ ਪਾਠ ਕਰੋ ਤੁਸੀਂ ਉਹਨਾਂ ਨੂੰ, ਕੋਈ ਆਊਟਡੋਰ ਐਕਟੀਵਿਟੀ। ਰੰਧਾਵਾ ਸਰ ਵੀ ਦੱਸ ਸਕਦੇ, ਅਗਰ ਇੱਕ ਸਿਸਟਰ ਹੈ ਉਹਨਾਂ ਦੇ ਹਸਬੈਂਡ ਡਰਿੰਕ ਕਰਦੇ ਆ, ਤਾਂ ਸਿਸਟਰ ਨੂੰ ਕੀ ਕਰਨਾ ਚਾਹੀਦਾ? ਮੇਰੇ ਖਿਆਲ ਦੇ ਵਿੱਚ ਤਾਂ ਹਾਈਡ੍ਰੋਨਿਕ ਐਸਿਡ, ਉਹ ਮੈਂ ਇੱਕ ਸਿਰਮ ਬਣਾਇਆ ਸੀਗਾ, ਮੇਰਾ ਸਿਰਮ ਨਹੀਂ ਸੀ, ਮੇਰੀ ਕਰੀਮ ਸੀਗੀ, ਸੋ ਮੈਨੂੰ ਹੁਣ ਲੈ ਕੇ ਆਉਣੀ ਪਏਗੀ। ਬੜੀ ਸੋਹਣੀ ਮੈਂ ਨੈਚੁਰਲ ਘਰ ਪਿੰਕ ਕਰੀਮ ਬਣਾਈ ਹੈ, ਸੋ ਮੈਂ ਲਾਈਵ ਦੇ ਵਿੱਚ ਲੈ ਕੇ ਆਉਣੀ ਸੀਗੀ। ਅਗਰ ਤੁਸੀਂ ਸਾਰੇ ਵੇਟ ਕਰੋਗੇ ਤਾਂ ਮੈਂ ਭੱਜ ਕੇ ਜਾ ਕੇ ਲੈ ਕੇ ਆ ਜਾਵਾਂਗੀ। ਸੋ ਅੱਜ ਦਾ ਸਾਡਾ ਟੋਪਿਕ ਹੈ ਇਨਸੋਮਨੀਆ, ਕਿਉਂ ਸਾਨੂੰ ਨੀਂਦ ਨਹੀਂ ਆਉਂਦੀ, ਉਹਦੇ ਕਰਕੇ ਸਾਡੇ ਕਿਹੜੇ ਹਾਰਮੋਨਸ ਇਮਬੈਲੈਂਸ ਹੁੰਦੇ ਹੈ, ਕਿਉਂ ਸਕਿਨ ਇਸ਼ੂਜ ਆਉਂਦੇ ਆ। ਪਲੀਜ਼ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ। ਅਗਰ ਤੁਸੀਂ ਕਹੋਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਕਰੀਮ ਵੀ ਦਿਖਾ ਦਾਂਗੀ, ਸਿਖਾ ਵੀ ਦਊਂਗੀ ਕਿਵੇਂ ਬਣਾਉਣੀ ਹੈ, ਸੋ ਉਹਨੂੰ ਵੀ ਅੱਜ ਕੱਲ੍ਹ ਮੈਂ ਤੁਹਾਨੂੰ ਕੁਛ ਮੇਰੀ ਸਕਿਨ 'ਤੇ ਚੇਂਜ ਲੱਗ ਰਿਹਾ। ਮੈਂ ਅੱਜ ਕੱਲ੍ਹ ਰਾਤੀਂ ਉਹ ਕਰੀਮ ਲਗਾਉਂਦੀ ਹਾਂ, ਪਹਿਲਾਂ ਥੋੜ੍ਹੀ ਜਿਹੀ ਇੱਕ ਸਪਰੇਅ ਹੈ ਟੋਨਰ ਬਣਾਇਆ, ਉਸ ਤੋਂ ਬਾਅਦ ਮੈਂ ਉਹ ਕਰੀਮ ਲਗਾਉਂਦੀ ਹਾਂ। ਸੋ ਅਗਰ ਕੋਈ ਮੈਨੂੰ ਕੰਪਲੀਮੈਂਟ ਕਰੇਗਾ ਕਿ ਦੀਦੀ ਥੋੜ੍ਹੀ ਸਕਿਨ